ਸਤਿ ਸ੍ਰੀ ਅਕਾਲ ਦੋਸਤੋ ਮੈਂ ਅੰਮ੍ਰਿਤ ਨਸ਼ਾ ਸ਼ਡਾਓ ਕੇਂਦਰ ਅਤੇ ਸੱਚ ਫਾਊਂਡੇਸ਼ਨ ਮਾਲ ਰੋਡ ਕਚਹਿਰੀ ਚੌਂਕ ਅੰਮ੍ਰਿਤਸਰ ਤੋਂ ਡਾਕਟਰ ਜਸਵਿੰਦਰ ਸਿੰਘ ਗਾਂਧੀ ਬੋਲਿਆ ਹਾਂ ਮੇਰਾ ਅੱਜ ਦਾ ਲੈਕਚਰ ਹੈ ਕਿ ਨਸ਼ੇ ਨੂੰ ਬਿਲਕੁਲ ਬੰਦ ਕਰਨਾ ਠੀਕ ਹੁੰਦਾ ਹੈ ਜਾਂ ਨਸ਼ੇ ਨੂੰ ਘਟਾਉਣਾ ਠੀਕ ਹੁੰਦਾ ਹੈ ਜੇ ਅਸੀਂ ਕਿਸੇ ਨਸ਼ਾ ਕਰਨ ਵਾਲੇ ਮਰੀਜ਼ ਨੂੰ ਪੁੱਛੀਏ ਕਿ ਤੁਸੀਂ ਇਮਾਨਦਾਰੀ ਨਾਲ ਸੱਚੋ ਸੱਚੀ ਆਪਣੇ ਦਿਲੋਂ ਦੱਸੋ ਕਿ ਤੁਸੀਂ ਨਸ਼ਾ ਬੰਦ ਕਰਨਾ ਚਾਹੁੰਦੇ ਹੋ ਜਾਂ ਨਸ਼ਾ ਘਟਾਉਣਾ ਚਾਹੁੰਦੇ ਹੋ ਤਾਂ ਬਹੁਤੇ ਮਰੀਜ਼ਾਂ ਦਾ ਅਕਸਰ ਇਹ ਹੀ ਜਵਾਬ ਹੁੰਦਾ ਹੈ ਕਿ ਡਾਕਟਰ ਸਾਹਿਬ ਸਾਡੇ ਨਾਲ ਨਸ਼ਾ ਪੂਰੀ ਤਰ੍ਹਾਂ ਬੰਦ ਕਰਨ ਦੀ ਗੱਲ ਨਾ ਹੀ ਕਰੋ ਤਾਂ ਚੰਗਾ ਸਾਨੂੰ ਨਸ਼ਾ ਬੰਦ ਕਰਨਾ ਬਹੁਤ ਔਖਾ ਲੱਗਦਾ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਨਸ਼ੇ ਦੇ ਆਦੀ ਤਾਂ ਨਹੀਂ ਹਾਂ ਸਾਨੂੰ ਕੋਈ ਐਸਾ ਤਰੀਕਾ ਦੱਸੋ ਜਿਸ ਨਾਲ ਅਸੀਂ ਨਸ਼ਾ ਘੱਟ ਮਾਤਰਾ ਵਿੱਚ ਕਰ ਸਕੀਏ ਜਿਵੇਂ ਕਿ ਜਦੋਂ ਅਸੀਂ ਨਸ਼ਾ ਸ਼ੁਰੂ ਕੀਤਾ ਸੀ ਸਟਾਰਟਿੰਗ ਤੇ ਕਰਦੇ ਹੁੰਦੇ ਸੀ ਕੋਈ ਐਸਾ ਤਰੀਕਾ ਦੱਸੋ ਕੋਈ ਐਸਾ ਇਲਾਜ ਦੱਸੋ ਕੋਈ ਐਸੀ ਦਵਾਈ ਦਿਓ ਜਿਸ ਨਾਲ ਕਿ ਅਸੀਂ ਨਸ਼ਾ ਥੋੜਾ ਥੋੜਾ ਕਰ ਵੀ ਸਕੀਏ ਤੇ ਸਾਨੂੰ ਨਸ਼ੇ ਦਾ ਕੋਈ ਨੁਕਸਾਨ ਵੀ ਨਾ ਹੋਵੇ ਜਿਹੜੇ ਮਰੀਜ਼ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੇ ਸਿਰਫ ਨਸ਼ੇ ਨੂੰ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਮੈਂ ਇੱਕ ਅੰਗਰੇਜ਼ ਔਰਤ ਜਿਹਦਾ ਕਿ ਨਾਂ ਆਡੀ ਕ੍ਰਿਸਟੀ ਸੀ ਉਹਦੀ ਕਹਾਣੀ ਸੁਣਾਉਂਦਾ ਕੁਝ ਸਮੇਂ ਪਹਿਲਾਂ ਅਮਰੀਕਾ ਵਿੱਚ ਆਡੀ ਕ੍ਰਿਸਟੀ ਨਾਮ ਦੀ ਇਕ ਹੋਰ ਬੋੜੀ ਮਸ਼ਹੂਰ ਹੋਈ ਆਡੀਨੇ ਡਾਕਟਰਾਂ ਦੀ ਇਹ ਰਾਏ ਮੰਨਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਕਿ ਉਹ ਨਸ਼ੇਪਨ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸਨੂੰ ਨਸ਼ਾ ਪੂਰੀ ਤਰ੍ਹਾਂ ਬੰਦ ਕਰਨਾ ਪਵੇਗਾ ਬੋੜੀ ਦਾ ਖਿਆਲ ਸੀ ਕਿ ਉਹ ਨਸ਼ੇ ਨੂੰ ਥੋੜੀ ਮਾਤਰਾ ਵਿੱਚ ਕਰ ਸਕਦੀ ਹੈ ਉਹਡੀ ਅਮਰੀਕਾ ਵਿੱਚ ਮੋਡਰੇਸ਼ਨ ਨਾਂ ਦੇ ਗਰੁੱਪ ਦੀ ਇੱਕ ਸੰਸਥਾ ਬਣਾਈ ਇਸ ਗਰੁੱਪ ਦਾ ਮੁੱਖ ਪ੍ਰਚਾਰ ਇਹ ਸੀ ਕਿ ਜੇ ਨਸ਼ਈ ਬੰਦਾ ਕੁਝ ਤਰੀਕੇ ਜਾਂ ਕੁਝ ਆਦਤਾਂ ਬਦਲ ਲਵੇ ਤਾਂ ਉਹ ਆਪਣੀ ਮਰਜ਼ੀ ਨਾਲ ਕੰਟਰੋਲ ਮਾਤਰਾ ਵਿੱਚ ਥੋੜਾ ਥੋੜਾ ਨਸ਼ਾ ਕਰ ਸਕਦਾ ਹੈ ਨਸ਼ਈ ਬੰਦੇ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਬੰਦ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਥੋੜੀ ਸਮੇਂ ਵਿੱਚ ਆਡੀ ਦੀ ਮੋਡਰੇਸ਼ਨ ਸੰਸਥਾ ਅਮਰੀਕਾ ਵਿੱਚ ਬੜੀ ਮਸ਼ਹੂਰ ਹੋ ਗਈ ਉਹਦੇ ਹਜ਼ਾਰਾਂ ਮੈਂਬਰ ਬਣ ਗਏ ਕਿਉਂਕਿ ਬਹੁਤੇ ਨਸ਼ਈ ਅਸਲ ਵਿੱਚ ਦਿਨੋਂ ਨਸ਼ਾ ਬੰਦ ਕਰਨਾ ਨਹੀਂ ਚਾਹੁੰਦੇ ਹੁੰਦੇ ਉਹ ਤਾਂ ਇਹ ਚਾਹੁੰਦੇ ਹੁੰਦੇ ਹਨ ਕਿ ਉਹ ਫਿਰ ਤੋਂ ਨਸ਼ੇ ਨੂੰ ਉਸੇ ਤਰ੍ਹਾਂ ਵਰਤ ਸਕਣ ਜਿਵੇਂ ਉਹ ਸ਼ੁਰੂ-ਸ਼ੁਰੂ ਵਿੱਚ ਵਰਤਦੇ ਸਨ ਆਡੀ ਕ੍ਰਿਸਟੀ ਨੇ ਨਸ਼ੇ ਨੂੰ ਘਟਾਉਣ ਦੇ ਤਰੀਕੇ ਦੱਸਣ ਲਈ ਜਿਵੇਂ ਮੈਂ ਦੋ ਕਿਤਾਬਾਂ ਲਿਖੀਆਂ ਨੇ ਆਡੀ ਨੇ ਨਸ਼ੇ ਨੂੰ ਘਟਾਉਣ ਦੇ ਤਰੀਕੇ ਦੱਸਣ ਲਈ ਇੱਕ ਕਿਤਾਬ ਵੀ ਲਿਖੀ ਥੋੜੀ ਜਿਹੀ ਸਾਲਾਂ ਵਿੱਚ ਸਾਰੇ ਪਾਸੇ ਆਡੀ ਕ੍ਰਿਸਟੀ ਦੀ ਬੜੀ ਮਸ਼ਹੂਰੀ ਹੋ ਗਈ ਉਹਦੀ ਬੱਲੇ ਬੱਲੇ ਹੋ ਗਈ ਵਿਸ਼ਵ ਪ੍ਰਸਿੱਧ ਅਖਬਾਰਾਂ ਵਿੱਚ ਉਸਦੇ ਵਿਚਾਰ ਅਤੇ ਲੇਖ ਛਪਣ ਲੱਗੇ ਅਤੇ ਵੱਡੇ ਵੱਡੇ ਟੈਲੀਵਿਜ਼ਨ ਚੈਨਲਾਂ ਵਿੱਚ ਉਸ ਦੀ ਅਕਸਰ ਹੀ ਇੰਟਰਵਿਊ ਆਉਂਦੀ ਰਹਿੰਦੀ ਸੀ ਨਵੇਂ ਨਸ਼ੇ ਨੂੰ ਬੰਦ ਨਾ ਕਰੋ ਸਿਰਫ ਨਸ਼ੇ ਨੂੰ ਘਟਾਓ ਆਡੀ ਕ੍ਰਿਸਟੀ ਨੂੰ ਪ੍ਰਸਿੱਧ ਹੋਇਆ 5 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਸੀ ਕਿ ਇੱਕ ਦਿਨ ਉਹ 80 ਕਿਲੋਮੀਟਰ ਦੀ ਸਪੀਡ ਤੇ ਕਾਰ ਚਲਾਉਂਦੀ ਸੜਕ ਤੇ ਜਾ ਰਹੀ ਸੀ ਉਸਨੇ ਆਪਣੀ ਕਾਰ ਸੜਕ ਦੇ ਗਲਤ ਪਾਸੇ ਵੱਲ ਵાળ ਲਈ ਜਿੱਧਰੋਂ ਕੀ ਟ੍ਰੈਫਿਕ ਵਾਪਸ ਆ ਰਿਹਾ ਸੀ ਉਸਦੀ ਕਾਰ ਇੰਨੀ ਤੇਜ਼ ਸਪੀਡ ਨਾਲ ਦੂਜੀ ਕਾਰ ਵਿੱਚ ਜਾ ਕੇ ਵੱਜੀ ਕਿ ਦੂਜੀ ਕਾਰ ਵਿੱਚ ਸਵਾਰ ਇੱਕ ਬੰਦੇ ਤੇ ਉਸਦੀ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਓਡੀ ਨੂੰ ਪੁਲਿਸ ਤੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਜਦੋਂ ਓਡੀ ਦਾ ਮੈਡੀਕਲ ਚੈੱਕਅਪ ਹੋਇਆ ਤਾਂ ਉਸ ਦੇ ਖੂਨ ਵਿੱਚੋਂ ਆਮ ਨਾਲੋਂ 5 ਗੁਣਾ ਵੱਧ ਨਸ਼ੇ ਦੀ ਮਾਤਰਾ ਪਾਈ ਗਈ ਓਡੀ ਨੂੰ ਸਜ਼ਾ ਹੋ ਗਈ ਉਸ ਵਕਤ ਜਦੋਂ ਉਹਨਾਂ ਨੇ ਓਡੀ ਨੂੰ ਸੱਚ ਬਕਾਇਆ ਤੇ ਉਹ ਬੋਲੀ ਕਿ ਉਹ ਟੀਵੀ ਤੇ ਅਖਬਾਰਾਂ ਤੇ ਤੇ ਹੋਰ ਜਗ੍ਹਾ ਜਾ ਕੇ ਝੂਠ ਹੀ ਬੋਲਦੀ ਰਹੀ ਸੀ ਉਹ ਤਾਂ ਇੱਕ ਦਿਨ ਵੀ ਨਸ਼ਾ ਘਟਾ ਨਹੀਂ ਸੀ ਸਕੀ ਉਸ ਨੇ ਤਾਂ ਜਦੋਂ ਦੀ ਆਪਣੀ ਨਸ਼ੇ ਦੀ ਕੰਟਰੋਲ ਮਾਤਰਾ ਕੰਟਰੋਲ ਕਰਨ ਵਾਲੀ ਸੰਸਥਾ ਸ਼ੁਰੂ ਕੀਤੀ ਸੀ ਜਦੋਂ ਦੀ ਮੋਡਰੇਸ਼ਨ ਮੂਵਮੈਂਟ ਸ਼ੁਰੂ ਕੀਤੀ ਸੀ ਪਰ ਉਹ ਆਪ ਉਸ ਤੇ ਇੱਕ ਦਿਨ ਵੀ ਅਮਲ ਨਹੀਂ ਕਰ ਸਕੀ ਸੀ ਉਹਦਾ ਤਾਂ ਲਸ਼ਾ ਲਗਾਤਾਰ ਵੱਧਦਾ ਹੀ ਜਾ ਰਿਹਾ ਸੀ ਮਨੋਡੀ ਨੇ ਇਸ ਗੱਲ ਦਾ ਅਹਿਸਾਸ ਕੀਤਾ ਤੇ ਇਸ ਗੱਲ ਨਾਲ ਪੂਰੀ ਤਰ੍ਹਾਂ ਰਾਜੀ ਹੋਈ ਕਿ ਨਸ਼ੇ ਨੂੰ ਘਟਾਇਆ ਨਹੀਂ ਜਾ ਸਕਦਾ ਇਸ ਨੂੰ ਤਾਂ ਕੇਵਲ ਪੂਰੀ ਤਰ੍ਹਾਂ ਬੰਦ ਕਰਕੇ ਹੀ ਇਸ ਤੋਂ छुटकारा ਸੰਭਵ ਹੈ। ਸੋ ਨਸ਼ੇ ਦੀ ਪਹਿਲੀ ਖਰਾਕ ਤੋਂ ਦੂਰ ਰਹਿਣਾ ਹੀ ਅਸਲ ਵਿੱਚ ਨਸ਼ੇ ਦਾ ਇਲਾਜ ਹੈ। ਮੈਨੂੰ ਵੀ ਆਪਣੇ 10 ਸਾਲ ਦੇ ਨਸ਼ੇ ਛੁਡਾਉਣ ਦੇ ਤਜਰਬੇ ਵਿੱਚ ਅੱਜ ਤੱਕ ਇੱਕ ਮਰੀਜ਼ ਵੀ ਜਿਆਨੀ ਲੱਭਾ। ਹਜ਼ਾਰਾਂ ਮਰੀਜ਼ਾਂ ਦਾ ਮੈਂ ਇਲਾਜ ਕਰ ਚੁੱਕਾ ਜਿਹੜਾ ਕਿ ਨਸ਼ਾ ਕੱਟ ਕੇ ਥੋੜੀ ਮਾਤਰਾ ਵਿੱਚ ਵਰਤ ਸਕਿਆ ਹੋਵੇ। ਸੋ ਅੱਜ ਦੇ ਮੇਰੇ ਲੈਕਚਰ ਦਾ ਸਾਰ ਹੈ ਕਿ ਨਸ਼ਾ ਬੰਦ ਤਾਂ ਹੋ ਸਕਦਾ ਹੈ ਨਸ਼ਾ ਘਟਾਇਆ ਨਹੀਂ ਜਾ ਸਕਦਾ ਆਓ ਤੁਹਾਨੂੰ ਇੱਕ ਛੋਟੀ ਜੀ ਹੋਰ ਉਦਾਹਰਨ ਦਵਾਂ ਮੰਨ ਲਓ ਤੁਹਾਡਾ ਕੋਈ ਬੜਾ ਵੱਡਾ ਦੁਸ਼ਮਣ ਜਿਹੜਾ ਮੂੰਹ ਦਾ ਤੇ ਬੜਾ ਮਿੱਠਾ ਹੈ ਪਰ ਤੁਹਾਡਾ ਨੁਕਸਾਨ ਬੜਾ ਕਰਦਾ ਹੈ ਅਤੇ ਜਿਹਨੂੰ ਤੁਸੀਂ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੁਣ ਦੱਸੋ ਹੁਣ ਤੁਸੀਂ ਕੀ ਕਰਨਾ ਚਾਹੋਗੇ ਤੁਹਾਡੇ ਲਈ ਕੀ ਚੰਗਾ ਹੈ ਕਿ ਤੁਹਾਨੂੰ ਉਸ ਬੰਦੇ ਦੀ ਬੁਰੇ ਬੰਦੇ ਦੀ ਬਿਲਕੁਲ ਕਦੀ ਸ਼ਕਲ ਹੀ ਨਾ ਦਿਸੇ ਜਾਂ ਤੁਸੀਂ ਉਸ ਨੂੰ ਕਦੀ ਕਦੀ ਵੇਖਦੇ ਰਹੋ ਜਿਹਦੇ ਨਾਲ ਕਿ ਤੁਹਾਡੇ ਮਨ ਵਿੱਚ ਬਾਰ-ਬਾਰ ਪਰੇਸ਼ਾਨੀ ਆਂਦੀ ਰਹੇ ਅਤੇ ਤੁਹਾਨੂੰ ਕਲਪਨਾਉਂਦੀ ਰਹੇ ਤੇ ਉਹ ਬੰਦਾ ਤੁਹਾਡਾ ਨੁਕਸਾਨ ਕਰਦਾ ਰਹੇ ਇਹ ਚੰਗਾ ਹੈ ਕਿ ਇਹ ਚੰਗਾ ਹੈ ਕਿ ਅੱਜ ਤੋਂ ਬਾਅਦ ਉਹ ਬੰਦੇ ਦੀ ਕਦੀ ਸ਼ਕਲ ਹੀ ਨਾ ਦੇਖੋ ਜ਼ਿਆਦਾਤਰ ਲੋਕੀ ਇਹ ਹੀ ਕਹਿਣਗੇ ਕਿ ਉਹ ਆਪਣੇ ਦੁਸ਼ਮਣ ਦੀ ਕਦੀ ਸ਼ਕਲ ਵੇਖਣੀ ਵੀ ਪਸੰਦ ਨਹੀਂ ਕਰਦੇ ਬਿਲਕੁਲ ਐਸੇ ਤਰ੍ਹਾਂ ਹੀ ਨਸ਼ਾ ਤੁਹਾਡਾ ਚਲਾਕ ਦੁਸ਼ਮਨ ਹੈ ਇਹਦੇ ਤੋਂ ਹਮੇਸ਼ਾ ਦੇ ਦੂਰ ਰਹੋ ਇਹਦੇ ਜੀ ਤੁਹਾਨੂੰ ਖੁਸ਼ੀ ਮਿਲੇਗੀ ਕਿਉਂਕਿ ਜਦੋਂ ਵੀ ਤੁਸੀਂ ਇਹਨੂੰ ਘਟਾਉਣ ਦੇ ਚੱਕਰ 'ਚ ਇਹਦੇ ਲੱਗੇ ਜਾਓਗੇ ਤੁਹਾਡਾ ਨੁਕਸਾਨ ਹੀ ਹੋਏਗਾ ਤੁਹਾਨੂੰ ਦੁੱਖ ਹੀ ਮਿਲੇਗਾ ਫਾਇਦਾ ਨਹੀਂ ਹੋ ਸਕਦਾ ਸੋ ਮੈਨੂੰ ਇਹ ਆਸ ਹੈ ਕਿ ਮੇਰਾ ਲੈਕਚਰ ਤੁਹਾਨੂੰ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ ਹੋਏਗੀ ਅਤੇ ਨਸ਼ੇ ਛੱਡਣ ਵਿੱਚ ਅਤੇ ਨਸ਼ਾ ਤੋਂ ਦੂਰ ਰਹਿਣ ਵਿੱਚ ਤੁਹਾਡੀ ਜਰੂਰ ਮਦਦ ਕਰੇਗਾ ਮੇਰੇ ਲੈਕਚਰ ਤੋਂ ਪੂਰੀ ਤਰ੍ਹਾਂ ਫਾਇਦਾ ਲੈਣ ਲਈ ਇਸ ਲੈਕਚਰ ਨੂੰ ਖੁੱਲੇ ਮਨ ਨਾਲ ਸੁਣੋ ਤੇ ਬਾਰ ਬਾਰ ਸੁਣੋ ਇਸ ਵਿੱਚ ਦਿੱਤੇ ਵਿਚਾਰਾਂ ਤੇ ਸੁਝਾਵਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ ਯਾਦ ਰੱਖੋ ਨਸ਼ਿਆਂ ਤੋਂ ਬਚਣ ਲਈ ਕੁਝ ਸਭ ਤੋਂ ਮਹੱਤਵਪੂਰਨ ਕੁਝ ਸਭ ਤੋਂ ਜ਼ਰੂਰੀ ਗੱਲਾਂ ਨੇ ਕਿ ਨਸ਼ਾ ਕਰਨ ਵਾਲੇ ਆਪਣੇ ਦੋਸਤਾਂ ਕੋਲੋਂ ਨਸ਼ਾ ਕਰਨ ਵਾਲੀਆਂ ਥਾਵਾਂ ਕੰੋਂ ਅਤੇ ਨਸ਼ਾ ਕਰਨ ਵਾਲੇ ਮੂਕਿਆਂ ਤੋਂ ਦੂਰ ਰਹਿਣਾ ਬੜਾ ਜ਼ਰੂਰੀ ਹੈ। ਤੇ ਦੂਜੀ ਗੱਲ ਨਸ਼ੇ ਦੀ ਪਹਿਲੀ ਖਰਾਕ ਤੋਂ ਦੂਰ ਰਹਿਣਾ ਬੜਾ ਜ਼ਰੂਰੀ ਹੈ। ਜਿੱਦਾਂ ਕਿ ਆਡੀ ਕ੍ਰਿਸਟੀ ਦੀ ਕਹਾਣੀ ਤੋਂ ਸਿੱਟਾ ਨਿਕਲਦਾ ਹੈ। ਅਤੇ 24 ਘੰਟੇ ਲਈ ਇਹ ਸੋਚ ਲਓ ਸਿਰਫ ਅੱਜ ਦਾ ਦਿਨ ਨਸ਼ਾ ਨਹੀਂ ਕਰਨਾ। ਕੱਲ ਦੀ ਕੱਲ ਦੇਖਾਂਗੇ। ਸਤਿ ਸ੍ਰੀ ਅਕਾਲ।